ਨੇ ਹੋਰ ਕੀ ਹਾਲ ਚਾਲ ਹੈ ਸਭ ਦਾ? ਸਭ ਠੀਕ ਠਾਕ ਹੋ? ਠੀਕ ਹੀ ਰਹਿਣਾ। ਅਤੇ ਇੱਕ ਹੋਰ ਪੈਕੇਜ ਮੈਨੂੰ ਰਿਸੀਵ ਹੋਇਆ ਹੈ ਟਿਕਟੋਕ ਵਾਲਿਆਂ ਵੱਲੋਂ, ਅਤੇ ਹੁਣ ਮੈਂ ਤਾਂ ਖੋਲ੍ਹ ਕੇ ਦੇਖਦੀ ਹਾਂ ਕਿਹਦੇ ਵਿੱਚ ਕੀ ਹੈ। ਚਲੋ ਖੋਲ੍ਹੀਏ। ਇਹ ਹੈਗੀ ਆ ਜੀ ਸਟੈਨਲੀ ਦੀ ਅਸੈਸਰੀਜ਼। ਹਾਂਜੀ, ਆਪਾਂ ਪਹਿਲਾਂ ਸ਼ੁਰੂਆਤ ਕਰਦੇ ਇੱਥੋਂ। ਇਹ ਹੈਗਾ ਸਟੋਪਰ ਆ, ਇਹਦੇ ਨਾਲ ਪਾਣੀ ਲੀਕ ਬਿਲਕੁਲ ਨਹੀਂ ਹੁੰਦਾ, ਜਿਹੜਾ ਕਿ ਬੋਟਲ 'ਚ ਪਾਣੀ ਲੀਕ ਹੋ ਜਾਂਦਾ ਹੈ। ਅਤੇ ਇਹ ਸਟ੍ਰੋਕ ਕੈਪ ਹੈ, ਅਲੱਗ ਅਲੱਗ ਕਲਰ ਦੇ ਵਿੱਚ ਹੈ, ਜਿਹੜਾ ਮਰਜ਼ੀ ਤੁਸੀਂ ਯੂਜ਼ ਕਰ ਸਕਦੇ ਹੋ। ਅਤੇ ਇਹ ਹੈਗੇ ਆਪਣੇ ਸਟ੍ਰੋਕ, ਇਹਦੀ ਖਾਸ ਗੱਲ ਇਹ ਹੁੰਦੀ ਕਿ ਬੈਂਡ ਹੋ ਜਾਂਦੇ ਆ ਈਜ਼ੀਲੀ। ਅਤੇ ਅਲੱਗ ਅਲੱਗ ਕਲਰ ਦੇ ਵਿੱਚ ਆ, ਜਿਹੜਾ ਵੀ ਤੁਸੀਂ ਕਲਰ ਲਾਈਕ ਕਰਦੇ, ਜਿਹੜਾ ਵੀ ਤੁਹਾਡਾ ਸਟੈਨਲੀ ਜੋ ਵੀ ਕਲਰ ਦਾ ਹੈਗਾ ਉਹ ਨਾਲ ਤੁਸੀਂ ਯੂਜ਼ ਕਰ ਸਕਦੇ ਹੋ। ਅਤੇ ਇਹਦੀ ਖਾਸ ਗੱਲ ਇੱਕ ਹੋਰ ਹੈ ਕਿ ਜਿਹੜੇ ਆਪਾਂ ਟੰਬਲਰ ਨੂੰ ਯੂਜ਼ ਕਰਦੇ ਇਹਦੇ ਵਿੱਚ ਕੌਫੀ ਵਗੈਰਾ ਪੀਂਦੇ ਹਾਂ, ਕੁਛ ਵੀ ਪੀ ਸਕਦੇ ਹਾਂ ਨਾ, ਅਤੇ ਅਸੀਂ ਉਹਨੂੰ ਕਲੀਨ ਕਰਨਾ ਹੁੰਦਾ, ਕਿਉਂਕਿ ਉਹਦੇ ਵਿੱਚ ਕਿੰਨੀ ਤੁਸੀਂ ਵੀ ਦੇਖਿਆ ਹੋਣਾ ਕਿ ਜਦੋਂ ਕੌਫੀ ਵਗੈਰਾ ਪੀਂਦੇ ਸਟਰੋ ਯੂਜ਼ ਕਰਦੇ, ਸਟਰੋ ਅੰਦਰੋਂ ਬਹੁਤ ਜ਼ਿਆਦਾ ਗੰਦਾ ਹੁੰਦਾ ਹੈ ਹੈ ਨਾ। ਅਤੇ ਆਪਾਂ ਇਹਨੂੰ ਈਜ਼ੀਲੀ ਇਹਦੇ ਨਾਲ ਕਲੀਨ ਕਰ ਸਕਦੇ ਹਾਂ। ਦੇਖੋ ਬਹੁਤ ਅੱਛਾ ਬਰੱਸ਼ ਹੈ ਇੱਥੇ ਲਗਾਇਆ। ਹਾਂਜੀ, ਇਹ ਹੈਗਾ ਮੇਰੇ ਸਟੈਨਲੀ, ਅਤੇ ਇਹਨੂੰ ਮੈਂ ਹਮੇਸ਼ਾ ਜਦੋਂ ਬਾਹਰ ਜਾਂਦੀ ਹਾਂ ਘਰੋਂ ਬਾਹਰ ਆਪਣੇ ਨਾਲ ਲੈ ਕੇ ਜਾਂਦੀ ਹਾਂ। ਇਹਦੀ ਖਾਸ ਗੱਲ ਇਹ ਹੈ ਕਿ ਜਦੋਂ ਵੀ ਮੈਂ ਘਰੋਂ ਬਾਹਰ ਜਾਂਦੀ ਹਾਂ ਤਾਂ ਆਪਣੇ ਨਾਲ ਕਦੀ ਇਹਦੇ ਵਿੱਚ ਕੌਫੀ ਜੂਸ ਵਗੈਰਾ ਨਾਲ ਲੈ ਕੇ ਜਾਂਦੀ ਹਾਂ। ਅਤੇ ਅਗਰ ਜੂਸ ਇਹਦੇ ਵਿੱਚ ਰੱਖੂੰਗੇ ਤਾਂ ਇਹ ਅਗਲੇ ਦਿਨ ਤੱਕ ਠੰਡਾ ਰਹਿੰਦਾ ਹੈ, ਇਹਦੀ ਖਾਸ ਗੱਲ ਹੈ। ਅਤੇ ਅਗਰ ਮੈਂ ਇਹਦੇ ਵਿੱਚ ਕੌਫੀ ਲੈ ਕੇ ਜਾਂਦੀ ਹਾਂ ਤਾਂ ਮੇਰਾ 5-6 ਘੰਟੇ ਅਪ 5-6 ਘੰਟੇ ਮੇਰੀ ਕੌਫੀ ਬਿਲਕੁਲ ਗਰਮ ਰਹਿੰਦੀ ਆ, ਅਤੇ ਮੈਂ ਤਾਂ ਇਹਨੂੰ ਬਹੁਤ ਜ਼ਿਆਦਾ ਲਾਈਕ ਕਰਦੀ ਹਾਂ। ਅਤੇ ਇਹਦੀ ਇੱਕ ਥੋੜ੍ਹੀ ਜਿਹੀ ਬੁਰਾਈ ਹੈ, ਇਹਦੀ ਬੁਰਾਈ ਵਾਲੀ ਗੱਲ ਇਹ ਹੈ ਕਿ ਇਸ ਤਰ੍ਹਾਂ ਪਾਣੀ ਗਿਰ ਜਾਂਦਾ ਹੈ। ਕਈ ਵਾਰ ਮੈਂ ਗੱਡੀ ਵਿੱਚ ਹੁੰਦੀ ਹਾਂ ਅਤੇ ਗੱਡੀ ਦੀਆਂ ਤੁਹਾਨੂੰ ਪਤਾ ਹੀ ਹੈ ਸੀਟਾਂ ਖਰਾਬ ਹੋ ਜਾਂਦੀਆਂ, ਦੇਖ ਲਿਆ। ਅਤੇ ਹੁਣ ਇਹਦਾ ਇਲਾਜ ਮੇਰੇ ਕੋਲ ਹੈ, ਕੀ ਕਰਨਾ? ਹਾਂਜੀ, ਇਹ ਵਾਲੇ ਜਿਹੜੇ ਟਰਾਂਸਪੇਰੈਂਟ ਪਲੱਗ ਹੈ ਨਾ, ਇਹ ਮੈਂ ਹੁਣ ਇਹਨੂੰ ਟੰਬਲਰ ਦੇ ਵਿੱਚ ਸੈੱਟ ਕਰ ਦਊਂਗੀ, ਜਿੰਨਾ ਕਿ ਟੰਬਲਰ ਲੀਕ ਨਹੀਂ ਹੋਏਗਾ। ਮੈਂ ਸਟਰੋ ਲਗਾ ਤਾ, ਇਹਦੇ ਉੱਤੇ ਕੈਪ ਵੀ ਲਗਾ ਲਈ ਹੈ ਕਿ ਜਿਹੜੀ ਵੀ ਮਨ ਮੈਨੂੰ ਕਲਰ ਵਾਲੀ ਪਸੰਦ ਆਈ ਆ, ਇਹ ਡਸਟ ਵਗੈਰਾ ਤੋਂ ਨਹੀਂ ਕਿ ਡਸਟ ਵਗੈਰਾ ਅੰਦਰ ਨਾ ਜਾਵੇ। ਅਤੇ ਮੈਨੂੰ ਤਾਂ ਇਹ ਫ੍ਰੀ ਦਾ ਮਟੀਰੀਅਲ ਆਇਆ ਸਾਰਾ, ਅਤੇ ਅਗਰ ਤੁਸੀਂ ਇਹਨੂੰ ਪਸੰਦ ਕੀਤਾ ਤਾਂ ਮੇਰੇ ਲਿੰਕ 'ਤੇ ਜਾਓ, ਜਾ ਕੇ ਬਾਏ ਕਰ ਸਕਦੇ ਹੋ। ਬਾਏ ਬਾਏ। ਥੈਂਕ ਯੂ ਟਿਕਟੋਕ ਵਾਲਿਆਂ ਦਾ ਵੀ ਅਤੇ ਮੇਰੇ ਫੋਲੋਅਰਸ ਦਾ ਵੀ। ਬਾਏ।